ਸੰਗਰੂਰ ਮੇ ਪੰਜਾਬ ਕੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਛੀਮਾ ਅੱਜ ਸੰਗਰੂਰ ਪਹੁੰਚੇ ਉਹਨਾਂ ਨੇ ਸੰਗਰੂਰ ਕੇ ਰੈਸਟ ਹਾਊਸ ਮੇ ਸੰਗਰੂਰ ਕੇ ਗਾਂਵੋਂ ਸੇ ਜੀਤੇ ਹੋਏ ਸਰਪੰਚੋਂ ਔਰ ਪੰਚੋਂ ਕੇ ਸਾਥੇ ਇੱਕ ਬੈਠਕ ਕੀਤੀ ਇਸ ਮੇ ਸਰਪਾਤ ਦੇ ਕਰਕੇ ਸਮਾਂ ਨਿਠਿਆ ਗਿਆ ਆਮ ਆਦਮੀ ਪਾਰਟੀ ਬਿਲ ਜਿਹਨੇ ਜੋਨ ਲਿਆ ਕੇ ਆਪਣੇ ਜਿਹੜੇ ਚਾਰੇ ਉਮੀਦਵਾਰ ਐਲਾਨ ਕੀਤੇ ਗਏ ਨੇ ਕੀ ਕਹਿਣਾ ਸਭ ਤੋਂ ਪਹਿਲਾ ਉਹਨਾਂ ਸਾਰੇ ਚਾਰਾਂ ਉਮੀਦਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੂਰੀ ਤਰ੍ਹਾਂ ਤਿਆਰ ਆ ਗਰਾਊਂਡ ਦੇ ਉੱਤੇ ਚਾਰੋਂ ਦੇ ਚਾਰੋਂ ਜਿਹੜੀਆਂ ਬਾਏ ਇਲੈਕਸ਼ਨ ਆ ਆਮ ਆਦਮੀ ਪਾਰਟੀ ਵੱਡੇ ਮਾਰਜਿਨ ਨਾਲ ਜਿੱਤ ਕੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਜਿਹੜੀ ਗਿਣਤੀ ਆ ਉਹ 92 ਤੋਂ ਜਿਹੜੀ ਆ ਉਹ 95 ਹੋਊਗੀ ਕਿਸ ਤਰ੍ਹਾਂ ਦਾ ਪ੍ਰਚਾਰ ਦੀ ਗੱਲ ਕੀਤੀ ਇਤਰਾ ਪ੍ਰਚਾਰ ਬਿਲਕੁਲ ਅਸੀਂ ਲਗਭਗ 2.5 ਸਾਲ ਤੋਂ ਉੱਪਰ ਦਾ ਸਮਾਂ ਸਰਕਾਰ ਨੂੰ ਹੋ ਗਿਆ 2.5 ਸਾਲਾਂ ਦੇ ਦੌਰਾਨ ਅਸੀਂ ਪੰਜ ਗਰੰਟੀਆਂ 2.5 ਸਾਲ ਪਹਿਲਾਂ ਅਸੀਂ ਪੰਜ ਗਰੰਟੀਆਂ ਦੇ ਕੇ ਸੱਤਾ ਵਿੱਚ ਆਮ ਆਦਮੀ ਪਾਰਟੀ ਆਈ ਸੀ ਸਦਰਪਕਵਨ ਸਿੰਘ ਮਾਝੀ ਮੁੱਖ ਮੰਤਰੀ ਬਣੇ ਸੀ ਔਰ ਚਾਰ ਗਰੰਟੀਆਂ ਅਸੀਂ ਪੂਰੀਆਂ ਕਰਕੇ ਲੋਕਾਂ ਦੇ ਵਿਚਕਾਰ ਖੜੇ ਆ ਸੋ ਬਿਲਕੁਲ ਸਾਨੂੰ ਪੂਰੀ ਉਮੀਦ ਆ ਕਿ ਚਾਰੋਂ ਦੇ ਚਾਰੋਂ ਜੜੀਆਂ ਬਾਏ ਇਲੈਕਸ਼ਨ ਨੇ ਰਿਕਾਰਡ ਤੋੜ ਵੋਟਾਂ ਦੇ ਨਾਲ ਆਵਾਦਵੀ ਪਾਰਟੀ ਜਿੱਤ ਪ੍ਰਾਪਤ ਕਰੋ ਕੱਲ ਸਾਡੀ ਕਿਸਾਨ ਜਥੇਬੰਦੀਆਂ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਇੱਕ ਲੰਬੀ ਮੀਟਿੰਗ ਹੋਈ ਆ ਬਿਲਕੁਲ ਸਾਰੇ ਪੁਖਤਾ ਪ੍ਰਬੰਧ ਜਿਹੜੇ ਨੇ ਕੀਤੇ ਗਏ ਨੇਗੇ ਇੱਕ ਇੱਕ ਦਾਣਾ ਜਿਹੜਾ ਕਿਸਾਨ ਦਾ ਹੋ ਚੁੱਕਿਆ ਜਾਊਗਾ ਕਿਸੇ ਨੂੰ ਵੀ ਖੱਜਲ ਖਵਾਰ ਨਹੀਂ ਹੁਣ ਤੋ ਜਾਊਗਾ ਔਰ ਜੇ ਕਿਤੇ ਕੋਈ ਅਧਿਕਾਰੀ ਜਾਂ ਕੋਈ ਹੋਰ ਗਲਤ ਕੰਮ ਫੜਦਾ ਕਰਦਾ ਫੜਿਆ ਗਿਆ ਤਾਂ ਉਹਨੂੰ ਸਖਤ ਸਜ਼ਾ ਜਿਹੜੀ ਆ ਉਹ ਮਿਲੂਗੀ ਇਸ ਤਰ੍ਹਾਂ ਹਰਿਆਣਾ ਦੇ ਵਿੱਚ ਸਟੋਰੀਜ਼ ਦੀ ਖਾਲੀ ਬਈ ਸੀਗੇ ਪੰਜਾਬ ਦੇ ਵਿੱਚ ਭਰੇ ਦੇ ਕੇਂਦਰ ਸਰਕਾਰ ਦੇ ਦੇਖੋ ਕੇਂਦਰ ਸਰਕਾਰ ਨੇ ਨੂੰ ਅਸੀਂ ਬਹੁਤ ਲੰਬਾ عرصਾ ਪਹਿਲਾਂ ਸਰਕਾਰ ਵੱਲੋਂ ਬਹੁਤ ਸਾਰੀਆਂ ਚਿੱਠੀਆਂ ਵੀ ਲਿਖੀਆਂ ਗਈਆਂ ਸਾਡੇ ਅਧਿਕਾਰੀ ਸਾਡੇ ਮਾਨਯੋਗ ਮੰਤਰੀ ਲਾਲਚੰਦ ਕਟਾਰੂ ਚੱਕ ਜੀ ਅਸੀਂ ਸਾਰੇ ਮਿਲ ਕੇ ਵੀ ਆਏ ਪਰ ਲੇਕਿਨ ਕੇਂਦਰ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਹੁਣ ਕੇਂਦਰ ਸਰਕਾਰ ਨੇ ਜਦੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਮੀਟਿੰਗ ਕੀਤੀ ਤਾਂ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਮੰਨਿਆ ਕਿ ਬਿਲਕੁਲ ਅਸੀਂ ਅਗਲਾ ਜਿਹੜੀ ਚੌਲਾਂ ਦੀ ਪੜਾਈ ਹੋਣ ਤੋਂ ਪਹਿਲਾਂ ਪਹਿਲਾਂ ਸਾਰਾ ਅਸੀਂ ਖਾਲੀ ਕਰ ਦੇਵਾਂਗੇ ਸੋ ਸਪੇਸ ਜਿਹੜੀ ਆ ਬਣ ਚੁੱਕੀ ਆ ਹੁਣ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਔਰ ਜਿਹੜੀ ਕਿਤੇ ਕੋਈ ਦਿੱਕਤ ਆਈ ਤਾਂ ਅਸੀਂ ਕੇਂਦਰ ਨਾਲ ਬੈਠ ਕੇ ਉਹ ਮਾਮਲਾ ਹੱਲ ਕਰਾਂਗੇ ਕੀ ਸਮਝਦੇ ਕੇਂਦਰ ਵੱਲੋਂ ਦੇਰੀਏ ਜਾਣ ਕੇ ਬਾਜੂ ਦੇ ਦੇਖੋ ਕੇਂਦਰ ਸਰਕਾਰ ਲਗਾਤਾਰ ਪੰਜਾਬ ਨਾਲ ਬਿਤਕਰਾ ਕਰ ਰਿਹਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਦੀ ਅੱਖ ਨਾਲ ਦੇਖਦੀ ਆ ਕਿਉਂਕਿ ਪੰਜਾਬ ਦੇ ਕਿਸਾਨ ਨੇ ਇੱਕ ਵੱਡਾ ਅੰਦੋਲਨ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਖਿਲਾਫ ਲੜਿਆ ਔਰ ਉਸ ਤੋਂ ਬਾਅਦ ਲਗਾਤਾਰ ਭਾਰਤ ਜਨਤਾ ਪਾਰਟੀ ਪੰਜਾਬ ਦਾ ਵਿਤਕਰਾ ਕਰ ਰਹੀ ਹੈ ਹਰੇਕ ਮਾਮਲੇ 'ਚ ਵਿਤਕਰਾ ਕਰ ਰਹੀ ਹੈਗੀ ਪਰ ਲੇਕਿਨ ਅਸੀਂ ਪੰਜਾਬ ਸਰਕਾਰ ਡਟ ਕੇ ਪੰਜਾਬ ਦੇ ਕਿਸਾਨਾਂ ਨਾਲ ਖੜੀ ਆ ਡਟ ਕੇ ਪੰਜਾਬ ਦੇ ਆਰਤੀਆਂ ਨਾਲ ਖੜੀ ਆ ਡਟ ਕੇ ਪੰਜਾਬ ਦੇ ਸ਼ੈਦਲਾਨਾਂ ਨਾਲ ਖੜੀ ਆ ਉਹਨਾਂ ਦੀ ਇੱਕ ਇੱਕ ਮੰਗ ਜਿਹੜੀ ਆ ਸੀ ਸੈਂਟਰ ਤੱਕ ਵੀ ਪਹੁੰਚਾਈ ਆ ਔਰ ਬਹੁਤ ਸਾਰੀ ਰਾਹਤ ਜਿਹੜੀ ਆ ਜੋ ਪੰਜਾਬ ਲੈਵਲ ਦੇ ਦਿੱਤੀ ਔਰ ਪਿਛਲੇ ਤੁਸੀਂ ਦੇਖੋਗੇ ਕਿ ਪਿਛਲੇ 10-15 ਸਾਲ ਤੋਂ ਨਾ ਕਾਂਗਰਸ ਪਾਰਟੀ ਨੇ ਨਾ ਕਾਦੀਲ ਬੀਜੇਪੀ ਦੀ ਪਾਰਟੀ ਨੇ ਉਹਨਾਂ ਨੂੰ ਸ਼ੈਦਲਾਨ ਮਾਲਕਾਂ ਨੂੰ ਯਾਰਤੀਆਂ ਨੂੰ ਕੋਈ ਰੀਲੀਫ ਨਹੀਂ ਦਿੱਤੀ ਸੀਗੀ ਸੋ ਅਸੀਂ ਪਹਿਲੀ ਵਾਰ ਵੱਡੀਆਂ ਜਿਹੜੀਆਂ ਉਹਨਾਂ ਨੂੰ ਸ਼ਰਤਾ ਨਰਮ ਕੀਤੀਆਂ ਨੇ ਉਹਨਾਂ ਦੇ ਹੱਕ ਵਿੱਚ ਔਰ ਵੱਡੀ ਰੀਲੀਫ ਜਿਹੜੀ ਆ ਉਹ ਸਾਡੀ ਸਰਕਾਰ ਵੱਲੋਂ ਮਿਲਦੀ ਸਰ ਹਾਈ ਕੋਰਟ ਨੇ ਕਿਹਾ ਹੈਗਾ ਜਿੱਦਾਂ ਪਰਸ਼ਦ ਦੀ ਵੀ ਚਾਹੇ ਨਗਰ ਨਿਕ ਨਗਰ ਕੌਂਸਲ ਦੀ ਚਾਹੇ ਅਨਰੇਬਲ ਕੋਰਟ ਦਾ ਫੈਸਲਾ ਆਇਆਗਾ ਉਹਦੀ ਅਸੀਂ ਲੀਗਲੀ ਐਗਜ਼ਾਮਨ ਕਰ ਲਈਏ ਕਿ ਉਹਦੀ ਕੀ ਕੀ ਪੱਖ ਅਨਰੇਬਲ ਕੋਰਟ ਨੇ ਡਿਸਾਈਡ ਕੀਤੀ ਨੇ ਉਸ ਤੋਂ ਬਾਅਦ ਫੈਸਲਾ ਲਵਾਂਗੇ